ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ AK Jobs Adda ਦੇ ਵਿੱਚ ਤੇ ਦੋਸਤੋ PS TET 2023 ਦੇ ਜੋ ਹਨ ਰੋਲ ਨੰਬਰ ਆ ਚੁੱਕੇ ਹਨ ਉਸ ਦੇ ਰਿਗਾਰਡਿੰਗ ਅੱਜ ਦਾ ਵੀਡੀਓ ਬਣਾਉਣ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਦੋਸਤੋ ਬਿਲਕੁਲ ਸਟਾਰਟਿੰਗ ਤੋਂ ਤੁਹਾਨੂੰ ਐਂਡ ਤੱਕ ਜੋ ਡਿਟੇਲ ਦੇਵਾਂਗਾ ਤੁਸੀਂ ਆਪਣੇ ਫੋਨ ਤੇ ਹੀ ਜੋ ਹੈ ਆਪਣਾ ਰੋਲ ਨੰਬਰ ਜੋ ਹੈ ਡਾਊਨਲੋਡ ਕਰ ਸਕਦੇ ਹੋ ਬੜੇ ਆਸਾਨ ਤਰੀਕੇ ਨਾਲ ਸਾਡੇ ਸਟੈਪ ਨੂੰ ਫੋਲੋ ਕਰਦੇ ਜਾਣਾ ਤੁਹਾਨੂੰ ਬਿਲਕੁਲ ਡਿਟੇਲ ਨਾਲ ਜਾਣਕਾਰੀ ਦੇਵਾਂਗਾ ਦੋਸਤੋ ਸਟੈਪ ਬਾਈ ਸਟੈਪ ਇਸ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਜੋ ਦੋਸਤ ਮੇਰੇ YouTube ਚੈਨਲ ਤੇ ਨਵੇਂ ਹਨ ਉਹ ਉਦੇ ਵਿੱਚ ਉਹ ਆਲ ਦੀ ਆਪਸ਼ਨ ਨੂੰ ਸਿਲੈਕਟ ਕਰ ਲੈਣਾ ਤਾਂ ਜੋ ਆਉਣ ਵਾਲੇ ਸਾਰੇ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਸੋ ਦੋਸਤੋ ਆਪ ਆ ਚੁੱਕੇ ਹਾਂ Google ਤੇ ਸਭ ਤੋਂ ਪਹਿਲਾਂ ਤੁਸੀਂ ਜੋ ਕੀ ਸਰਚ ਕਰਨਾ ਹੈ ਮੈਂ ਜਿਵੇਂ ਤੁਹਾਡੇ ਸਾਹਮਣੇ ਲਿਖਿਆ ਹੈ ਪੀਐਸਟੈਟ 2023 ਪੋਰਟਲ ਲਿਖ ਲੋ ਜਾਂ ਫਿਰ pstet2023.org ਲਿਖ ਲਓ ਠੀਕ ਹੈ ਇਸ ਨੂੰ ਸਰਚ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਕੋਲ ਇਸ ਦੇ ਉੱਤੇ ਆਪਾਂ ਕਰਦੇ ਹਾਂ ਕਲਿੱਕ ਕਲਿੱਕ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦੀ ਸਾਈਟ ਖੁੱਲ ਜਾਏਗੀ ਬਿਲਕੁਲ ਦੋਸਤੋ ਇਹ ਹੋਮ ਪੇਜ ਹੈ ਇਸ ਸਾਈਟ ਦਾ ਤੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਕੀ ਕਰਨਾ ਹੈ ਇਸ ਸੱਜੇ ਤੁਹਾਨੂੰ ਉੱਪਰ ਹੀ ਉੱਪਰ ਨਾ ਤਿੰਨ ਡਾਟਸ ਨਜ਼ਰ ਆਣਗੇ ਫੋਨ ਦੇ ਵਿੱਚ ਅਗਰ ਤੁਸੀਂ ਖੋਲ ਰਹੇ ਹੋ ਤਾਂ ਤਿੰਨ ਡਾਟਸ ਨਜ਼ਰ ਆਣਗੇ ਇਸ ਡਾਟਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਆਪਸ਼ਨਸ ਖੁੱਲ ਜਾਣਗੀਆਂ ਸਕ੍ਰੋਲ ਕਰਨ ਤੋਂ ਬਾਅਦ ਦੋਸਤੋ ਤੁਸੀਂ ਇਹਨੂੰ ਡੈਸਕਟਾਪ ਮੋਡ ਜੋ ਤੁਸੀਂ ਦੇਖ ਪਾ ਰਹੇ ਹੋ ਹੁਣ ਇਹਦੇ ਉੱਪਰ ਇਹਦੇ ਸਾਹਮਣੇ ਇੱਕ ਬਾਕਸ ਹੈ ਛੋਟਾ ਜਿਹਾ ਉਹਦੇ ਉੱਪਰ ਕਲਿੱਕ ਕਰਕੇ ਤੁਸੀਂ ਇਸ ਨੂੰ ਡੈਸਕਟਾਪ ਸਾਈਡ ਤੇ ਇੰਡੈਸਟੋਰ ਸਾਈਡ ਜੋ ਪੇਜ ਓਪਨ ਕਰ ਲੈਣਾ ਹੈ ਦੋਸਤੋ ਠੀਕ ਹੈ ਜੀ ਲਓ ਜੀ ਦੋਸਤੋ ਹੁਣ ਆਪਣੇ ਕੋਲ ਡੈਸਕਟਾਪ ਸਾਈਡ ਜੋ ਪੇਜ ਓਪਨ ਹੋ ਚੁੱਕਿਆ ਹੈ ਇਹਦੇ ਵਿੱਚ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਉੱਪਰ ਜੋ ਤੁਹਾਨੂੰ ਨਜ਼ਰ ਆ ਰਹੇ ਹੈ ਲੌਗਇਨ ਲੌਗਇਨ ਦੀ ਆਪਸ਼ਨ ਨਜ਼ਰ ਆ ਰਹੀ ਹੈ ਇਹਦੇ ਉੱਤੇ ਦੋਸਤੋ ਤੁਸੀਂ ਕਲਿੱਕ ਕਰਕੇ ਲੌਗਇਨ ਕਰਨਾ ਹੈ ਲੌਗਇਨ ਦੀ ਆਪਸ਼ਨ ਉੱਪਰ ਕ ਜੋ ਤੁਸੀਂ ਆਪਣੀ ਈਮੇਲ ਆਈਡੀ ਫਿਲ ਕੀਤੀ ਸੀ ਫਾਰਮ ਫਿਲ ਕਰਨ ਦੇ ਟਾਈਮ ਉਹ ਫਿਲ ਕਰਨੀ ਹੈ ਅਤੇ ਜੋ ਤੁਹਾਡੇ ਕੋਲ ਪਾਸਵਰਡ ਤੁਸੀਂ ਬਣਾਇਆ ਸੀ ਆਪਣਾ ਉੱਥੇ ਪਾਸਵਰਡ ਫਿਲ ਕਰਨਾ ਹੈ ਉਸ ਤੋਂ ਬਾਅਦ ਦੋਸਤੋ ਤੀਸਰੇ ਨੰਬਰ ਤੇ ਤੁਸੀਂ ਇਹ ਕੈਪਚਾ ਕੋਡ ਜੋ ਦਿੱਤਾ ਹੈ ਇਹਦੇ ਵਿੱਚ ਫਿਲ ਕਰਕੇ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲ ਦੋਸਤੋ ਜੋ ਹੈ ਤੁਹਾਡਾ ਰੋਲ ਨੰਬਰ ਓਪਨ ਹੋ ਜਾਏਗਾ ਓਪਨ ਕਰਨ ਤੋਂ ਬਾਅਦ ਡਾਊਨਲੋਡ ਕਿੱਦਾਂ ਕਰਨਾ ਹੈ ਆਪਾਂ ਇਸ ਨੂੰ ਡਿਟੇਲ ਫਿਲ ਕਰਕੇ ਤੁਹਾਨੂੰ ਕਰਕੇ ਦਿਖਾਣੇ ਆ ਦੋਸਤੋ ਠੀਕ ਹੈ ਜੀ लॉज दोस्तों डिटेल आप फिल करती है हूँ करते हैं आपग इन इसको लॉग इन करते हैं दोस्तों को तो जो है रोल नंबर ओपन हो जाएगा लाई जी दोस्तों लॉग इन करते हैं तो कुछ इदा काल इंटरफेसाम आ जाएगा ए इस तो बाद दोस्तों की करना तो सब तो पहला इस ऑप्शन ते आना है जो लिखा है शो यूर एडमिट कार्ड ठीक है जी एपर क्लिक करोगे तो क्लिक करने के बाद दोस्तों एडमिट कार्ड जो है शो हो जाएगा कुछ इस तरह शो हो जाएगा दोस्तो हाले तक जो इस दिन है ਅ ਵਿਦ ਫੋਟੋ ਔਰ ਪੂਰੀ ਡਿਟੇਲ ਦੇ ਨਾਲ ਤੁਹਾਡਾ ਜੋ ਰੋਲ ਨੰਬਰ ਇਸ਼ੂ ਨਹੀਂ ਕੀਤਾ ਗਿਆ ਪੂਰੀ ਡਿਟੇਲ ਵੈਸੇ ਤੁਹਾਨੂੰ ਮਿਲ ਜਾਏਗੀ ਦੋਸਤੋ ਇਹਦੇ ਵਿੱਚ ਕੀ ਹੈ ਦੋਸਤੋ ਤੁਹਾਡਾ ਰੋਲ ਨੰਬਰ ਦੇ ਦਿੱਤਾ ਗਿਆ ਹੈ ਠੀਕ ਹੈ ਜੀ ਟੈਸਟ ਸਿਟੀ ਸੈਂਟਰ ਦੱਸ ਦਿੱਤਾ ਗਿਆ ਹੈ ਫਾਜ਼ਿਲ ਕਾ ਜਿਵੇਂ ਲਿਖਿਆ ਹੋਇਆ ਹੈ ਦੇ ਵਿੱਚ ਉਸ ਤੋਂ ਇਲਾਵਾ ਸਕੂਲ ਦਾ ਨੇਮ ਵੀ ਆ ਗਿਆ ਸਾਰੀ ਡਿਟੇਲ ਦੋਸਤੋ ਤੁਹਾਡੇ ਕੋਲ ਪਹੁੰਚ ਗਈ ਹੈ ਸਿਰਫ ਪ੍ਰਿੰਟ ਕਰਨਾ ਪ੍ਰਿੰਟਰ ਵਾਸਤੇ ਕੰਪਲੀਟ ਜੋ ਹੈ ਵਿਦ ਫੋਟੋ ਤੁਹਾਡਾ ਜੋ ਹੈ ਇਸ਼ੂ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣੀ ਡਿਟੇਲ ਜੋ ਹੈ ਬਾਕੀ ਚੈੱਕ ਕਰਕੇ ਆਪਣੇ ਜੋ ਹੈ ਕਰ ਸਕਦੇ ਹੋ ਤੁਸੀਂ ਉਸੇ ਜਗ੍ਹਾ ਦੀ ਤਿਆਰੀ ਤੁਸੀਂ ਆਪਣਾ ਹਿਸਾਬ ਨਾਲ ਰੱਖ ਸਕਦੇ ਹੋ ਵੀ ਤੁਸੀਂ ਆਪਣੀ ਜਗ੍ਹਾ ਤੇ ਕਿਸ ਤਰ੍ਹਾਂ ਪਹੁੰਚਣਾ ਹੈ ਜਲਦੀ ਹੀ ਦੋਸਤੋ ਫੋਟੋ ਦੇ ਨਾਲ ਇਸ਼ੂ ਹੋ ਜਾਏਗਾ ਇਸੇ ਤਰ੍ਹਾਂ ਹੀ ਤੁਸੀਂ ਦੁਬਾਰਾ ਇਸ ਨੂੰ ਲੌਗਇਨ ਕਰੋਗੇ ਤੇ ਤੁਹਾਡੀ ਫੋਟੋ ਵਗੈਰਾ ਸਭ ਕੁਝ ਆ ਜਾਏਗਾ ਤੇ ਤੁਸੀਂ ਉਹਨੂੰ ਡਾਊਨਲੋਡ ਕਰਕੇ ਆਪਣੇ ਪੇਪਰ ਵਾਸਤੇ ਜਾ ਸਕਦੇ ਹੋ ਤੇ ਸਾਰਿਆਂ ਨੂੰ ਪੇਪਰ ਵਾਸਤੇ ਬੈਸਟ ਆਫ ਲੱਕ ਦੋਸਤੋ ਰੋਲ ਨੰਬਰ ਜੋ ਉਮੀਦ ਕਰਦਾ ਤੁਹਾਨੂੰ ਬੜੇ ਆਸਾਨੀ ਨਾਲ ਸਮਝ ਆ ਜਾ ਆ ਗਿਆ ਹੋਏਗਾ ਵੀ ਕਿਸ ਤਰ੍ਹਾਂ ਤੁਸੀਂ ਰੋਲ ਨੰਬਰ ਨੂੰ ਓਪਨ ਕਰਨਾ ਤੇ ਦੋਸਤੋ ਉਮੀਦ ਕਰਦੇ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਿਹਾ ਹੋਵੇਗਾ ਵੀਡੀਓ ਅਗਰ ਚੰਗਾ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦੇ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਦੋਸਤੋ ਅ ਅੱਜ ਦੇ ਵੀਡੀਓਸ ਦੋਸਤੋ ਇੰਨਾ ਹੀ ਮਿਲਦੇ ਹਨ ਅਗਲੇ ਵੀਡੀਓ ਵਿੱਚ ਤਦ ਤੱਕ ਦੇ ਲਈ ਬਾਏ ਬਾਏ ਗੁੱਡ ਲੱਕ ਜੈ ਹਿੰਦ ਦੋਸਤੋ